ਦੋਸਤੋ ਨਮਸਕਾਰ, ਸਤਿ ਸ਼੍ਰੀ ਅਕਾਲ। ਅਸੀਂ ਆਯੁਰਵੇਦ ਕੇਅਰ ਸੈਂਟਰ ਚੰਡੀਗੜ੍ਹ ਸੈਕਟਰ 28A ਕੋਠੀ ਨੰਬਰ 7 ਤੋਂ ਬੋਲ ਰਹੇ ਹਾਂ। ਹਰ ਵਾਰ ਦੱਸਾਂਗੇ, ਬਾਰ ਬਾਰ ਦੱਸਾਂਗੇ ਕਿ ਅਸੀਂ ਹਰੀਦਰ ਗੁਰੂਕੁਲ ਤੋਂ ਪਾਸ ਆਊਟ ਹੈ। ਕਿਉਂ? ਕਿਉਂਕਿ ਅਸੀਂ ਆਪਣੇ ਰੱਬ ਨੂੰ ਹਾਜ਼ਰ ਨਾਜ਼ਰ ਰੱਖ ਕੇ ਆਪਣੀ ਡਾਕਟਰੀ ਕਰਦੇ ਹਾਂ। ਗੁਰੂਕੁਲ ਤੋਂ ਸਾਡੇ ਸੰਸਕਾਰ ਨੇ ਇਹ। ਹਰ ਵਾਰੀ ਕੁਛ ਟੈਕਨੀਕਲ ਕੇਸ ਚੰਗੀਆਂ ਰੂਹਾਂ ਮਿਲਵਾਈਦੀਆਂ ਤੁਹਾਨੂੰ ਕਿ ਜਿਨ੍ਹਾਂ ਦੀ ਜ਼ਿੰਦਗੀ ਨੂੰ ਕਿਸ ਤਰੀਕੇ ਦਾ ਅਤੇ ਲਾ ਦਿੱਤਾ ਜਾਂਦਾ ਮੈਡੀਕਲ ਸਾਇੰਸ ਦੇ ਰਾਹੀਂ। ਸਰੀਰ ਦੇ ਜਿਹੜੇ ਰੋਗ ਨੇ, ਇਹ ਸਰੀਰ ਦੇ ਰੋਗ ਭੋਗ ਨੇ, ਕਿਸੇ ਨੂੰ ਵੀ ਕੋਈ ਰੋਗ ਲੱਗ ਸਕਦਾ ਹੈ। ਲੋਕ ਬਹੁਤ ਬੜੀ ਉਮੀਦ ਲੈ ਕੇ ਡਾਕਟਰ ਵੱਲ ਨੂੰ ਜਾਂਦੇ ਹੈ, ਪਰ ਪਰਮਾਤਮਾ ਸਾਕਸ਼ੀ ਹੈਗਾ ਕਿ ਅੱਗੇ ਅਸੀਂ ਤੁਹਾਡੇ ਨਾਲ ਕਿਆ ਕਿਆ ਕਰਦੇ ਹਾਂ। ਤੋਬਾ, ਇਹ ਬੀਬਾ ਜੀ ਮੇਰੇ ਕੋਲ ਬੈਠੇ ਨੇ, ਹਰਦੀਪ ਕੌਰ ਜੀ ਇਹਨਾਂ ਦਾ ਨਾਂ ਹੈ, ਸਾਡੇ ਇੱਥੇ ਨੇੜੇ ਨੇ, ਕੋਈ ਜ਼ਿਆਦਾ ਦੂਰ ਤੋਂ ਵੀ ਨਹੀਂ ਆਉਂਦੇ, ਲੇਕਿਨ ਸਾਡੇ ਕੋਲ ਸਿਰਫ ਅਜੇ ਡੇਢ ਮਹੀਨਾ ਪਹਿਲਾਂ ਹੀ ਆਏ ਸੀਗੇ। ਇਹ ਆਪ ਦੀ ਜ਼ਬਾਨੀ ਆਪ ਤੁਹਾਨੂੰ ਦੱਸਣਗੇ। ਇਹਨਾਂ ਦੀ ਬੇਟੀ ਹੈ, ਹਾਈਲੀ ਕੁਆਲੀਫਾਈਡ ਹੈ, ਜੋ ਬੱਚੇ ਘਰ ਦੇ 'ਚ ਮਹਿਸੂਸ ਕਰਦੇ ਸੀਗੇ ਉਸ ਤਰੀਕੇ ਦੀ ਤੁਹਾਨੂੰ ਇਹ ਜਾਣਕਾਰੀ ਦੇਣਗੇ। ਇਹਨਾਂ ਨਾਲ ਬੀਤਦੀ ਕੀ ਸੀਗੀ, ਦੱਸੋ ਜੀ। ਹਾਂਜੀ, ਮੈਂ ਹਰਦੀਪ ਕੌਰ ਹਾਂ ਜੀ। ਮੈਨੂੰ ਮਤਲਬ ਬਹੁਤ ਸਾਲਾਂ ਤੋਂ ਹੀ ਮਤਲਬ ਡਰ ਲੱਗਦਾ, ਬਹੁਤ ਹਰੇਕ ਚੀਜ਼ ਤੋਂ ਡਰ ਲੱਗਦਾ ਸੀ। ਘਰ ਵਿੱਚ ਮਾੜੀ ਜਿਹੀ ਉੱਚੀ ਕਿਸੇ ਨੇ ਬੋਲ ਲੈਣਾ ਤਾਂ ਵੀ ਡਰ ਲੱਗਣਾ, ਕੋਈ ਬਾਹਰ ਕਿਸੇ ਨਾਲ ਕੋਈ ਮਾੜਾ ਕੰਮ ਹੋ ਗਿਆ ਤਾਂ ਵੀ ਡਰ ਲੱਗਣਾ। ਫਿਰ 4 ਕੁ ਸਾਲ ਪਹਿਲਾਂ ਜੀ ਮੈਂ ਕਨੇਡਾ ਜਾਣਾ ਸੀਗਾ, ਉੱਥੇ ਜਾਣ ਵਾਸਤੇ ਮੈਡੀਕਲ ਕਰਵਾਇਆ। ਉਹਨਾਂ ਨੇ ਮੈਨੂੰ ਦੱਸਿਆ ਵੀ ਤੇਰੇ ਹਾਰਟ 'ਚ ਹੋਲ ਆ, ਉਹ ਵੀ 4 ਸੈਂਟੀਮੀਟਰ ਦਾ। ਫਿਰ ਉਹ ਕਹਿੰਦੇ ਵੀ ਤੇਰਾ ਆਪਰੇਸ਼ਨ ਹੋਊਗਾ। ਚਲੋ ਕਿਸੇ ਤਰੀਕੇ ਨਾਲ PGI ਦੇ ਡਾਕਟਰ ਨੇ ਲਿਖ ਕੇ ਦਿੱਤਾ ਵੀ ਚਲੋ ਹਲੇ ਆਪਰੇਸ਼ਨ ਦੀ ਲੋੜ ਨਹੀਂ। ਫਿਰ ਮੇਰਾ ਮੈਡੀਕਲ ਕਲੀਅਰ ਹੋ ਗਿਆ। ਉੱਥੇ ਕਨੇਡਾ ਵੀ ਮੈਨੂੰ ਡਾਕਟਰਾਂ ਨੇ ਇਹੀ ਕਿਹਾ ਵੀ ਤੇਰਾ ਹੋਲ ਹੈ, ਵੀ ਤੇਰਾ ਸਰਜਰੀ ਹੋਊਗੀ। ਉਹ ਤੋਂ ਬਾਅਦ ਫਿਰ ਮੈਂ ਇੰਡੀਆ ਆ ਗਈ, ਇੱਥੇ PGI ਫਿਰ ਦਿਖਾਇਆ, ਉਹਨਾਂ ਨੇ ਫਿਰ ਐਂਜੀਓਗ੍ਰਾਫੀ ਕਰੀ। ਉਹ ਫਿਰ ਉਹਨਾਂ ਨੇ ਕਿਹਾ ਵੀ ਆਪਰੇਸ਼ਨ ਇਹ ਹੋਊਗਾ, ਉਹ ਵੀ ਓਪਨ ਹਾਰਟ ਸਰਜਰੀ, ਕਿਉਂਕਿ ਹੋਲ ਬਹੁਤ ਜ਼ਿਆਦਾ ਵੱਡਾ ਹੈ। ਫਿਰ ਮੈਂ ਬਹੁਤ ਮਤਲਬ PGI ਗਈ ਨਹੀਂ ਬਹੁਤ ਚਿਰ, ਡਰਦੀ ਵੀ ਮੈਂ ਆਪਰੇਸ਼ਨ ਨਹੀਂ ਕਰਾਉਣਾ। ਫਿਰ ਸਾਨੂੰ ਇਹਨਾਂ ਬਾਰੇ ਡਾਕਟਰ ਸਾਹਿਬ ਬਾਰੇ ਪਤਾ ਲੱਗਿਆ। ਫਿਰ ਅਸੀਂ ਜਿਸ ਦਿਨ ਪਤਾ ਲੱਗਿਆ ਉਸੇ ਦਿਨ ਇਹਨਾਂ ਕੋਲ ਆ ਗਏ। ਹਜੇ 1.5 ਕੁ ਮਹੀਨਾ ਹੋਇਆ ਜੀ ਦਵਾਈ ਖਾਂਦੀ ਨੂੰ ਮੈਨੂੰ, ਪਰ ਅੱਜ ਮੈਨੂੰ ਇਹ ਮਹਿਸੂਸ ਹੋ ਰਿਹਾ ਮੇਰੀ ਜ਼ਿੰਦਗੀ ਭਰ ਦਾ ਡਰ ਮੇਰਾ ਖਤਮ ਹੋ ਗਿਆ। ਮੈਨੂੰ ਪਹਿਲਾਂ ਬੱਚਿਆਂ ਨੇ ਜੇ ਲੜ ਪੈਣਾ ਫਿਰ ਵੀ ਡਰ ਲੱਗਣਾ, ਹੁਣ ਮੇਰਾ ਡਰ ਖਤਮ ਹੋ ਗਿਆ। ਮਤਲਬ ਮੈਨੂੰ ਹੁਣ ਲੱਗਣ ਲੱਗਿਆ ਵੀ ਮੈਂ ਹਾਂ ਅਸਲ 'ਚ ਮੈਂ ਆਪਣੀ ਜ਼ਿੰਦਗੀ ਜਿਉਂ ਰਹੀ ਹਾਂ ਬਿਨਾਂ ਡਰ ਤੋਂ, ਬਿਨਾਂ ਕਿਸੇ ਡਰ ਤੋਂ। ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ ਡਾਕਟਰ ਸਾਹਿਬ ਦਾ, ਧੰਨਵਾਦ। ਮੈਨੂੰ ਜ਼ਿੰਦਗੀ ਨਵੀਂ ਦੇ ਦਿੱਤੀ ਜੀ ਇਹਨਾਂ ਨੇ, ਮੇਰੀ ਜਿੰਨੀ ਜ਼ਿੰਦਗੀ ਰਹਿੰਦੀ ਹੈ ਜੀ, ਮੈਂ ਇਹਨਾਂ ਕਰਕੇ ਹੁਣ ਮੈਂ ਬਹੁਤ ਸੌਖੇ ਤਰੀਕੇ ਨਾਲ ਆਪਣੀ ਜ਼ਿੰਦਗੀ ਜਿਉਣੀ ਹੈ ਜੀ। ਆ ਮੇਰੀ ਬੇਟੀ ਹੈ ਜੀ, ਇਹਨੂੰ ਪੁੱਛ ਲਓ ਜੀ ਬਾਕੀ। ਜਦੋਂ ਪਤਾ ਲੱਗਿਆ ਸੀ ਮੰਮਾ ਦੇ ਕਿ ਹਾਰਟ 'ਚ ਹੋਲ ਹੈ, ਅਤੇ ਫਿਰ ਜ਼ਿਆਦਾ ਕੌਨਸ਼ੀਅਸ ਹੋ ਗਏ ਸੀ ਪਹਿਲਾਂ, ਕਿਉਂਕਿ ਜਦੋਂ ਲੜਾਈ ਹੁੰਦੀ ਸੀ ਮੰਮਾ ਡਰਦੇ ਸੀਗੇ, ਜਦੋਂ ਰੋਂਦੇ ਸੀ ਸਾਹ ਬਹੁਤ ਚੜਾ ਲੈਂਦੇ ਸੀ, ਅਤੇ ਜਦੋਂ ਬਟ ਪਤਾ ਲੱਗਿਆ ਕਹਿੰਦੇ ਕਿ ਆਪਰੇਸ਼ਨ ਤੋਂ ਬਿਨਾਂ ਕੁਛ ਹੋਣਾ ਨਹੀਂ, ਅਤੇ ਸਾਨੂੰ ਐਵੇਂ ਸੀਗਾ ਮੰਮਾ ਆਪ ਕਹਿੰਦੇ ਸੀ ਕਿ ਥੋੜ੍ਹਾ ਜਿਹਾ ਹੀ ਟਾਈਮ ਆ ਮੇਰਾ, ਬਟ ਮੈਂ ਹੁਣ 1 ਮਹੀਨੇ ਪਹਿਲਾਂ ਹੀ ਆਈ ਹਾਂ ਕੈਨੇਡਾ ਤੋਂ ਵਾਪਸ, ਅਤੇ ਮੰਮਾ ਨਾ ਤਾਂ ਹੁਣ ਡਰਦੇ ਆ, ਮੈਂ ਅਤੇ ਭਰਾ ਆਪਸ 'ਚ 19 ਗੱਲ ਹੋ ਜਾਂਦੀ ਹੈ। ਮੰਮਾ ਨੇ ਐਵੇਂ ਚੱਲੋ ਨਿਆਣੇ ਕਿ ਆਪਣਾ ਆਪ ਦੇਖਣਗੇ, ਅਤੇ ਮੈਂ ਬਹੁਤ ਫਰਕ ਦੇਖਿਆ ਮੰਮਾ, ਜਿਵੇਂ ਉੱਠਦੇ ਆ, ਹੱਸਦੇ ਬਹੁਤ ਆ ਹੁਣ ਪਹਿਲਾਂ ਨਾਲੋਂ, ਅਤੇ ਹੁਣ ਇੰਨਾ ਨਹੀਂ ਦੱਸਦੇ ਹੈਗੇ। ਜੋਕਸ ਵੀ ਬਹੁਤ ਹੁਣ ਮੰਮਾ ਦੀ ਸੈਂਸ ਆ ਵੀ ਹੁਣ, ਕਿਉਂਕਿ ਧਿਆਨ ਉਸ ਵੱਲ ਨਹੀਂ ਨਾ ਹੈਗਾ ਕਿ ਹਾਂ ਡਰ ਵੱਲ ਨਹੀਂ ਹੈਗਾ। ਤੰਦਰੁਸਤੀ ਸੋ ਨਿਆਮਤ ਜਿਹਨੂੰ ਕਹਿੰਦੇ ਸਿਆਣੇ, ਐਵੇਂ ਨਹੀਂ ਕਹਿੰਦੇ, ਤੰਦਰੁਸਤੀ ਦੀਆਂ ਗੱਲਾਂ ਹੀ ਹੋ ਜਾਂਦੀਆਂ ਨੇ, ਬਿਲਕੁਲ, ਅਤੇ ਤਕਲੀਫ ਤਕਲੀਫ ਹੀ ਹੁੰਦੀ ਹੈ। ਸੋ ਦੋਸਤੋ, ਅਸੀਂ ਤੁਹਾਨੂੰ ਜਸਟ ਇਹ ਛੇਤੀ ਮਿਲਵਾਉਣ ਦੀ ਕੋਸ਼ਿਸ਼ ਇਸ ਕਰਕੇ ਕੀਤੀ ਹੈ ਕਿ ਬਹੁਤ ਨਾ ਇੱਕ ਡਿਫਰੈਂਟ ਤਰੀਕੇ ਨਾਲ ਆਯੁਰਵੇਦ ਨੂੰ ਦਬਾਇਆ ਜਾਂਦਾ ਕਿ ਜੀ ਲੇਟ ਅਸਰ ਕਰਦੀ ਦਵਾਈਆਂ ਆਹ ਕਰ ਦਿੰਦੀਆਂ, ਦਵਾਈਆਂ ਉਹ ਕਰ ਦਿੰਦੀਆਂ, ਪਰ ਮੈਂ ਮਹਾਰਾਜ ਨੂੰ ਬਾਬੇ ਨਾਨਕ ਨੂੰ ਹਾਜ਼ਰ ਨਾਜ਼ਰ ਕਰਕੇ ਕਹਿੰਦਾ ਕਿ ਦਵਾਈਆਂ ਆਹ ਕੁਛ ਕਰਦੀਆਂ ਜੋ ਇਹਦੇ ਨਾਲ ਹੋਇਆ।
ਵੀ ਇੰਨੀ ਛੇਤੀ ਠੀਕ ਹੁੰਦੀਆਂ ਨੇ, ਇੰਨੀ ਛੇਤੀ ਤੁਹਾਨੂੰ ਮਤਲਬ ਬਾਕੀ ਜੀ ਫੈਮਿਲੀ ਦਾ ਵੀ ਸਪੋਰਟ ਚਾਹੀਦਾ, ਕਿਉਂਕਿ ਮੇਰਾ ਪਤੀ ਮੈਨੂੰ ਉਦਣੇ ਲੈ ਕੇ ਆ ਗਿਆ ਜੀ, ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਮੈਂ ਇਹ ਕਰਨਾ ਹੈ, ਇਹਨੂੰ ਠੀਕ ਕਰਾਉਣਾ ਹੈ ਜੀ। ਹਾਂਜੀ ਇਹ ਸਭ ਤੋਂ ਵੱਡੀ ਗੱਲ ਹੈ, ਇਹ ਸਭ ਤੋਂ ਉਹਨਾਂ ਨੇ ਕਰਿਆ, ਮੈਨੂੰ ਲੈ ਕੇ ਆਏ, ਇੰਨੇ ਪੈਸੇ ਵੀ ਲੱਗ ਜਾਂਦੇ, ਕੋਈ ਚੱਕਰ ਨਹੀਂ ਵੀ ਜਿੰਨੇ ਪੈਸੇ ਲੱਗਦੇ। ਬਾਕੀ ਡਾਕਟਰ ਸਾਹਿਬ ਨੇ ਮੈਨੂੰ ਪਹਿਲੇ ਦਿਨ ਜਿੱਦਣ ਗੱਲਬਾਤ ਹੀ ਕਰੀ, ਮੈਨੂੰ ਅੱਧੀ ਠੀਕ ਤਾਂ ਮੈਂ ਉਦਣ ਹੀ ਹੋ ਗਈ ਜੀ ਗੱਲਬਾਤ ਕਰਕੇ। ਠੀਕ ਹੈ ਦੋਸਤੋ, ਨਮਸਕਾਰ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।